ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੁਹਾਨੂੰ ਦੇਖ ਰਹੇ ਹੋ ਪ੍ਰਾਈਮ ਅਸ਼ਾ ਟੀਵੀ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਹਰ ਰੋਸ ਦੀ ਤਰ੍ਹਾਂ ਹੀ ਮੌਸਮ ਦੀ ਹਾਲ ਬਿਆਨੀ ਪੰਜਾਬ ਦੇ ਵਿੱਚ ਲੰਘੇ ਕੱਲ ਮੌਸਮ ਠੀਕ ਰਿਹਾ ਪਰ ਹਵਾ ਦੇ ਵਿੱਚ ਨਮੀ ਸੀ ਹਵਾ ਸਵੇਰ ਦੇ ਵੇਲੇ ਤੇ ਦੁਪਹਿਰ ਦੇ ਵੇਲੇ ਚੱਲਦੀ ਰਹੀ ਹੈ ਕਈ ਥਾਵਾਂ ਦੇ ਉੱਤੇ ਉਨੀ ਤਪਸ਼ ਤਿੱਖੀ ਨਹੀਂ ਜਿਵੇਂ ਕਿ ਪਿਛਲੇ ਹਫਤੇ ਦੇ ਵਿੱਚ ਹੁੰਦੀ ਸੀ ਮੀਂਹ ਕਣੀ ਤੇ ਗੜੇਮਾਰੀ ਤੋਂ ਬਾਅਦ ਤੇ ਨੇਰੀ ਤੋਂ ਬਾਅਦ ਪੰਜਾਬ ਦੇ ਮੌਸਮ ਨੇ ਦੇ ਵਿੱਚ ਵੱਡੀ ਤਬਦੀਲੀ ਆਈ ਹੈ ਸਵੇਰ ਦੇ ਵੇਲੇ ਠੰਡ ਲੱਗਣੀ ਫੇਰ ਸ਼ੁਰੂ ਹੋਈ ਹੈ ਤੇ 15 ਮਾਰਚ ਤੱਕ ਪੰਜਾਬ ਦਾ ਮੌਸਮ ਇਵੇਂ ਜੇ ਸੱਲ ਵਾਲਾ ਰਹਿਣਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਕੜਾਕੇ ਦੀ ਗਰਮੀ ਪੈਣੀ ਸ਼ੁਰੂ ਹੋ ਜਾਣੀ ਹੈ ਮੌਸਮ ਵਿਭਾਗ ਦੇ ਅੰਦਾਜ਼ੇ ਇਹ ਆ ਉਦਾਂ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਆਸ ਕੋਈ ਨਹੀਂ ਪਰ ਜਿਹੜਾ ਮੀਂਹ ਪਿਛਲੇ ਦਿਨੀ ਪਿਆ ਉਹਦੇ ਕਰਕੇ ਫਸਲਾਂ ਕਾਫੀ ਪ੍ਰਭਾਵਿਤ ਹੋਈਆਂ ਸਰੋਂ ਦੀ ਫਸਲ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਆ ਕਣਕ ਤੇ ਸਬਜ਼ੀਆਂ ਕਾਫੀ ਪ੍ਰਭਾਵਿਤ ਹੋਈਆਂ ਪਰ ਕਿਸਾਨੀ ਚੜ੍ਹਦੀ ਕਲਾ ਦੇ ਵਿੱਚ ਰਵੇ ਕਿਸਾਨੀ ਜਿੰਦਾਬਾਦ ਰਵੇ ਇਹਦੀ ਅਸੀਂ ਹਮੇਸ਼ਾ ਕਾਮਨਾ ਕੀਤੀ ਵੀ ਹੈ ਤੇ ਕਰਦੇ ਵੀ ਰਹਾਂਗੇ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਕਿਸਾਨਾਂ ਨਾਲ ਸੰਬੰਧਤ ਕਿਸਾਨ ਅੰਦੋਲਨ ਨਾਲ ਸੰਬੰਧਤ ਕਿਸਾਨ ਅਗੋਂ ਨਾਲ ਸੰਬੰਧਤ ਪਰ ਇਸ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਇੱਕ ਕਿਸਾਨ ਦੇ ਨਾਲ ਵਾਪਰੀ ਜਿਹੜੀ ਦਰਦਨਾਕ ਘਟਨਾ ਉਹਦਾ ਜ਼ਿਕਰ ਕਰਨਾ ਬਣਦਾ ਲੰਗੇ ਕੱਲ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪਿੰਡ ਟਿੱਬਾ ਇੱਥੇ ਇੱਕ ਕਿਸਾਨ ਨੇ ਸਰਦਾਰ ਸੁਰਿੰਦਰ ਸਿੰਘ ਉਮਰ ਲਗਭਗ 70 ਸਾਲ ਉਹ ਆਪਣੇ ਖੇਤ ਦੇ ਵਿੱਚੋਂ ਕਮਾਦ ਲੈ ਕੇ ਗੰਨੇ ਲੈ ਕੇ ਆਏ ਆ ਤੇ ਉਹਨਾਂ ਨੇ ਜਿਵੇਂ ਕਿ ਬਹੁਤ ਸਾਰੇ ਕਿਸਾਨ ਹੋਰ ਵੀ ਵੇਲੇ ਨੇ ਤੇ ਜਾਂਦੇ ਆ ਵੀ ਭਾਈ ਗੁੜ ਬਣਵਾਉਣਾ ਹੈਗਾ ਉਹ ਉੱਥੇ ਲੈ ਕੇ ਆਏ ਵੀ ਚਲੋ ਘਰ ਦਾ ਗੁੜ ਹੋ ਜਾਂਦਾ ਬੰਦੇ ਦਾ ਜਦੋਂ ਆਪਾਂ ਗੁੜ ਬਣਵਾਉਣ ਜਾਂਦੇ ਆ ਜਾਂ ਗੁੜ ਲੈਣ ਜਾਂਦੇ ਆ ਤਾਜ਼ਾ ਬਿਨਿਆ ਬਣਦਾ ਹੋਇਆ ਤੇ ਉੱਥੇ ਕੜਾਹੀ ਦੇ ਵਿੱਚ ਰਸ ਉਬਲ ਰਿਹਾ ਹੁੰਦਾ ਗੰਨੇ ਦਾ ਰਸ ਇੱਥੇ ਵੀ ਗੰਨੇ ਦਾ ਰਸ ਉਬਲ ਰਿਹਾ ਸੀ ਤੇ ਜਦੋਂ ਰਸ ਉਬਲਦਾ ਹੁੰਦਾ ਤੇ ਫਿਰ ਧੂਆਂ ਵਾਲੇ ਦਵਾਲੇ ਕਾਫੀ ਹੋ ਜਾਂਦਾ ਕਈ ਵਾਰ ਉਹ ਧੂਏ ਦੇ ਕਰਕੇ ਕੜਾਇਆ ਦਿਸਿਆ ਨਹੀਂ ਜਿਹਦੇ ਕਰਕੇ ਪੈਰ ਤਲਕ ਗਿਆ ਇਹਨਾਂ ਬਜ਼ੁਰਗਾਂ ਦਾ ਤੇ ਸਰਦਾਰ ਸੁਰਿੰਦਰ ਸਿੰਘ ਨੇ ਜਿਹੜੇ ਉਸ ਕੜਾਏ ਦੇ ਵਿੱਚ ਉਬਲ ਰਹੇ ਰਸ ਦੇ ਵਿੱਚ ਡੱਗ ਗਏ ਆ ਜਿਹਦੇ ਕਰਕੇ ਸਰੀਰ ਝੁੱਲਸਿਆ ਗਿਆ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਤੇ ਉਹਨਾਂ ਦੀ ਮੌਤ ਹੋ ਗਈ ਆ ਦੁੱਖ ਹੋਇਆ ਇਸ ਗੱਲ ਦੇ ਉੱਤੇ ਕਿ ਸਾਡੇ ਇੱਕ ਕਿਸਾਨ ਦੀ ਮੌਤ ਇਸ ਤਰੀਕੇ ਨਾਲ ਹੋਈ ਆ ਯਾਨੀ ਕਿ ਕਿਸੇ ਵੀ ਵੇਲੇ ਕੁਝ ਵੀ ਪਲਾਂ ਦੇ ਵਿੱਚ ਵਾਪਰ ਜਾਂਦਾ ਘਰ ਦੇ ਲਈ ਆਪਾਂ ਗੁੜ ਬਣਾਉਣ ਵਾਸਤੇ ਆਏ ਆ ਕੜਾਏ ਉਬਲਦੇ ਦੇ ਵਿੱਚ ਖੋਲਦੇ ਹੋਏ ਰਸ ਦੇ ਵਿੱਚ ਡਿੱਗ ਪਏ ਤੇ ਜਿਹੜੇ ਕਰਕੇ ਮੌਤ ਹੋ ਗਈ ਹੈ ਬਹੁਤ ਦੁਖਦਾਈ ਖਬਰ ਆਈ ਹੈ ਜਿਹੜੀ ਖਬਰ ਦੀ ਸੀ ਗੱਲ ਕਰਦੇ ਸੀ ਕਿ ਪੰਜਾਬ ਦੇ ਕਿਸਾਨ ਆਗੂ ਨੇ ਜਿਹੜੇ ਉਹ ਇਸ ਵੇਲੇ ਕਈ ਤਰ੍ਹਾਂ ਦੇ ਵਿਚਾਰਧਾਰਕ ਮਤਪੇਦਾ ਨੇ ਕਰਕੇ ਸੁਰਖੀਆਂ ਦੇ ਵਿੱਚ ਆ ਜਾਂਦੇ ਆ ਪੰਦੇਰ ਸਾਹਿਬ ਤੇ ਡੱਲੇਵਾਲ ਸਾਹਿਬ ਇਹ ਗੱਲ ਕਹਿੰਦੇ ਸੀ ਪਿਛਲੇ ਦਿਨੀ ਕਿ ਅਸੀਂ ਸਾਰੇ ਇੱਕ ਹੀ ਹਾਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਭਾਈ ਇਸ ਵੇਲੇ ਕਿਸਾਨ ਨੂੰ ਜਿੰਤਲਾ ਸਮੇਂ ਦੀ ਲੋੜ ਹੈ ਪਰ ਜੋ ਉਗਰਾਹਾ ਸਾਹਿਬ ਨੇ ਲੰਗੇ ਕੱਲ ਭਾਸ਼ਣ ਦਿੱਤਾ ਉਸ ਤੋਂ ਬਾਅਦ ਲੱਗਦਾ ਇਹ ਹੈ ਕਿ ਪੰਦੇਰ ਸਾਹਿਬ ਤੇ ਡੱਲੇਵਾਲ ਸਾਹਿਬ ਨੂੰ ਇਹ ਗੱਲ ਦੀ ਰਾਈਜ਼ ਕਰਨਾ ਪਊਗਾ ਇਸ ਗੱਲ ਦੇ ਉੱਤੇ ਉਹਨਾਂ ਨੂੰ ਚਿੰਤਨ ਕਰਨਾ ਪਊਗਾ ਵੀ ਜੇਕਰ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਮੁੜ ਕੇ ਸ਼ਾਮਲ ਹੋਣਾ ਚਿੰਤਨ ਇਹ ਕਰਨਾ ਪਊਗਾ ਕਿ ਉਹ ਲੀਪਾ ਡ ਕੇ ਕਿਉਂ ਚੱਲੇ ਚਿੰਤਨ ਇਹ ਕਰਨਾ ਪਊਗਾ ਕਿ ਉਹ ਵਖਰੀ ਸੋਚ ਕਿਉਂ ਲੈ ਕੇ ਚੱਲੇ ਚਿੰਤਨ ਇਹ ਕਰਨਾ ਪਊਗਾ ਵੀ ਸੰਯੁਕਤ ਕਿਸਾਨ ਮੋਰਚੇ ਦੇ ਕਹਣੀ ਦੇ ਵਿੱਚੋਂ ਬਾਹਰ ਕਿਉਂ ਹੋਏ ਇਹ ਉਗਰਾਹਾਂ ਸਾਹਿਬ ਨੇ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਜੀ ਕਿ ਦੇਖੋ ਬਹੁਤ ਸਾਰੇ ਲੋਕ ਕਿਸੇ ਨੂੰ ਗद्दार ਕਹਿ ਦਿੰਦੇ ਕਿਸੇ ਨੂੰ ਗਲਤ ਹੋਰ ਮਾੜੇ ਚੰਗੇ ਸ਼ਬਦ ਬੋਲੀ ਜਾਂਦੇ ਆ ਪਰ ਪਹਿਲਾ ਸਵਾਲ ਤਾਂ ਇਹੀ ਆ ਕਿ ਸੰਯੁਕਤ ਕਿਸਾਨ ਮੋਰਚੇ ਤੋਂ ਆਪਾਂ ਲੀ ਪਾੜ ਕੇ ਕਿਉਂ ਚੱਲੇ ਤੁਸੀਂ ਤਾਂ ਸਾਨੂੰ ਚਿਮਟੇ ਦੇ ਨਾਲ ਵੀ ਨਹੀਂ ਚੱਕਣਾ ਚਾਹੁੰਦੇ ਤੇ ਭਾਈ ਤੁਸੀਂ ਇਹ ਦੱਸੋ ਵੀ ਕੀ ਲਹਿਰ ਦਾ ਨੁਕਸਾਨ ਨਹੀਂ ਕੀਤਾ ਜੇ ਇਕੱਠੇ ਹੋ ਕੇ ਹਮਲਾ ਮਾਰਿਆ ਜਾਵੇ ਤਾਂ ਗੱਲ ਹੋਰ ਹੁੰਦੀ ਆ ਪਰ ਜੇਕਰ ਆਪਾਂ ਮਹੀਨੇ ਇੱਕ ਵਾਰ ਛੇਾਂ ਕਿ ਮਹੀਨੇ ਬਾਅਦ ਅੰਦੋਲਨ ਛੜਾਂਗੇ ਤਾਂ ਉਹਦੇ ਕਰਕੇ ਕੇਂਦਰ ਦੀ ਸਰਕਾਰ ਦੇ ਮਨਸੂਬੇ ਕਾਮਯਾਬ ਹੁੰਦੇ ਆ ਵੀ ਆਹ ਦੇਖੋ ਜੀ ਹੁਣ ਤੁਸੀਂ ਕੀ ਖਟ ਲਿਆ ਤੁਸੀਂ ਪਾਟੋ ਧਾੜ ਦੇ ਸ਼ਕਰ ਕਿੰਨੇ ਆ ਤੁਹਾਡੀ ਗੱਲ ਕਿਉਂ ਮੰਨੀਏ ਸੋ ਉਹਨਾਂ ਨੇ ਇਹ ਗੱਲ ਕਹੀ ਆ ਵੀ ਆਉਂਦੇ ਸਮੇਂ ਦੇ ਵਿੱਚ ਲਹਿਰਾਂ ਦੇ ਉੱਤੇ ਇੰਨਾ ਗੱਲਾਂ ਦਾ ਅਸਰ ਪੈਂਦਾ ਪਰ ਇੱਕ ਗੱਲ ਬੜੀ ਹੋਰ ਮਹੱਤਵਪੂਰਨ ਸ਼ੋਭ ਕਰਨ ਸਿੰਘ ਦੇ ਬਾਰੇ ਹਰਿਆਣੇ ਦੀ ਪੁਲਿਸ ਦਾ ਝੂਠ ਸਾਹਮਣੇ ਆ ਗਿਆ ਪੁਲਿਸ ਨੇ ਇਹ ਗੱਲ ਕਹੀ ਸੀ ਕਿ ਅਸੀਂ ਰਬੜ ਦੀਆਂ ਗੋਲੀਆਂ ਚਲਾਈਆਂ ਖਨੋਰੀ ਬਾਟਰ ਦੇ ਉੱਤੇ ਉਹ ਰਬੜ ਦੀਆਂ ਗੋਲੀਆਂ ਬੰਦਾ ਮਾਰਦੀਆਂ ਨਹੀਂ ਇਹ ਗੱਲ ਸੱਚੀ ਹੈ ਉਹਨਾਂ ਨੇ ਕਹੇ ਸੀ ਕਿ ਅਸੀਂ ਡਰਾਵੇ ਦੀ ਖਤਰ ਰਬੜ ਦੀਆਂ ਗੋਲੀਆਂ ਚਲਾਈਆਂ ਪਰ ਸ਼ੁਭਕਰਨ ਸਿੰਘ ਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹ ਹਲੇ ਨਸ਼ਰ ਹੋਣੀ ਬਾਕੀ ਹੈ ਪਰ ਉਹਦੇ ਵਿੱਚ ਡਾਕਟਰਾਂ ਦੇ ਵੱਲੋਂ ਇਹ ਲਿਖਿਆ ਗਿਆ ਕਿ 12 ਬੋਰ ਦੇ ਫਾਇਰ ਦੇ ਕਰਕੇ ਸ਼ੁਭਕਰਨ ਦੀ ਮੌਤ ਹੋਈ ਹੈ ਸਿਰ ਦੇ ਵਿੱਚ ਜਿਹੜੇ ਸ਼ਰਰ ਮਿਲੇ ਆ ਜਿਹੜੀ ਧਾਤੂ ਆ ਉਹ ਪਤਾ ਲੱਗਾ ਜੀ ਕਿ 12 ਬੋਰ ਦੇ ਸ਼ਰਰ ਆ 12 ਬੋਰ ਦਾ ਮਤਲਬ ਹਥਿਆਰ ਵਰਤਿਆ ਗਿਆ ਸ਼ੁਭ ਕਰਨ ਦੇ ਸਿਰ ਦੇ ਉੱਤੇ ਨਿਸ਼ਾਨਾ ਲਾਇਆ ਗਿਆ ਤਾਂ ਕਰਕੇ ਉਸ ਗੱਬਰੂ ਦੀ ਉਸ ਨੌਜਵਾਨ ਦੀ ਮੌਤ ਹੋਈ ਹੈ ਤੇ ਹਰਿਆਣੇ ਦੀ ਪੁਲਿਸ ਅੱਗੋਂ ਇਹ ਗੱਲ ਕਹਿੰਦੀ ਹੈ ਕਿ ਅਸੀਂ ਜੀ ਉਹਨਾਂ ਕਿਸਾਨਾਂ ਦੇ ਪਾਸਪੋਰਟ ਤੇ ਵੀਜ਼ਾ ਰੱਦ ਕਰਵਾਵਾਂਗੇ ਜਿਹੜੇ ਕਿਸਾਨ ਕੇ ਇਸ ਵੇਲੇ ਪ੍ਰਦਰਸ਼ਨ ਕਰਦੇ ਹਨ ਉਹਨਾਂ ਪੁਲਿਸਗਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਣੀ ਚਾਹੀਦੀ ਜਿਹੜੇ ਸਿੱਧੀਆਂ ਗੋਲੀਆਂ ਮਾਰਦੇ ਹਨ ਉਹਨਾਂ ਪੁਲਿਸਗਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਣੀ ਚਾਹੀਦੀ ਜਿਹੜੇ ਕਿਸੇ ਦੇ ਘਰ ਦੇ ਵਿੱਚ ਸੱਤਰ ਪਛਾ ਦਿੰਦੇ ਹਨ ਉਹਨਾਂ ਪੁਲਿਸਗਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਨੇ ਦਰਜਨਾਂ ਦੀ ਗ ਕਿਸਾਨਾਂ ਦੀ ਅੱਖਾਂ ਦੀ ਜੋਤ ਖੋਲੀ ਐ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਉਹਨਾਂ ਪੁਲਿਸ ਵਾਲਿਆਂ ਦੇ ਉੱਤੇ ਕਿਉਂ ਨਹੀਂ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਕਿ ਹੱਡ ਕਟ-ਕਟ ਕੇ ਉਮਰ ਭਰ ਦੇ ਲਈ ਅਪਾਹਜ ਕਿਸਾਨ ਕਰ ਦਿੱਤੇ ਆ ਕਿਉਂ ਨਹੀਂ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਕਿਸਾਨ ਦੇ ਉੱਤੇ ਕਾਰਵਾਈ ਕਰਾਂਗੇ ਕਿਸਾਨ ਦੇ ਉੱਤੇ ਕਾਰਵਾਈ ਕਰਾਂਗੇ ਕਿਸਾਨ ਦੇ ਉੱਤੇ ਕਾਰਵਾਈ ਕਰਾਂਗੇ ਆਹੀ ਗੱਲਾਂ ਕਿਉਂ ਹੁੰਦੀਆਂ ਮੁੱਦੇ ਦੀ ਗੱਲ ਕਿਉਂ ਨਹੀਂ ਹੁੰਦੀ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਕਿਸਾਨ ਅੰਦੋਲਨ ਦਾ 7 ਮਾਰਚ ਨੂੰ ਅੱਜ 24ਵਾਂ ਦਿਨ ਆ ਪੰਜਾਬ ਤੇ ਹਰਿਆਣਾ ਦੇ ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਉੱਤੇ ਦੇਸ਼ ਭਰ ਦੇ ਕਿਸਾਨ ਦਿੱਲੀ ਕੂਚ ਵਾਸਤੇ ਰਵਾਨਾ ਹੋਏ ਪਰ ਕੁਝ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹਾਲਾਂਕਿ ਜੋ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਪਹਿਲਾਂ ਤੋਂ ਧਰਨਾ ਦੇ ਰਹੇ ਸਨ ਉਹ ਉੱਥੇ ਹੀ ਬੈਠੇ ਰਹੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਦੇ ਉੱਤੇ ਨਿਸ਼ਾਨਾ ਵੰਨਿਆ ਉਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਤੋੜ ਕੇ ਵੱਖਰਾ ਮੋਰਚਾ ਕਿਉਂ ਬਣਾਇਆ ਦੋਵੇਂ ਨੇਤਾ ਇਸ ਗਲਤੀ ਦਾ ਅਹਿਸਾਸ ਕਰੋ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਉਹਨਾਂ ਨੇ ਖਨੌਰੀ ਬਾਰਡਰ ਦੇ ਉੱਤੇ ਹੋਈ ਝੜਪ ਦੀ ਜਾਂਚ ਰਿਟਾਇਰਡ ਜੱਜ ਜਾਂ ਸੀਬੀਆਈ ਦੇ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ ਇਸੇ ਦਰਮਿਆਨ ਹਰਿਆਣਾ ਦੀ ਰਾਸ਼ਟਰੀ ਕੁੰਡੂ ਖਾਪ ਪੰਚਾਇਤ ਦੇ ਪ੍ਰਧਾਨ ਜੈਬੀਰ ਕੁੰਡੂ ਨੇ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਵਾਸਤੇ 16 ਮਾਰਚ ਤੱਕ ਦਾ ਅਲਟੀਮੇਟਮ ਦੇਦੇ ਹੋਏ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੋਰਚੇ ਲਾਉਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਕਿਸੇ ਦਾ ਸਮਰਥਨ ਨਾ ਕਰਨ ਵਾਲਿਆਂ ਨੂੰ ਟੂਣਾ ਦੇ ਵਿੱਚ ਵੋਟਾਂ ਨਹੀਂ ਪਾਈਆਂ ਜਾਣੀਆਂ ਇਸ ਤੋਂ ਪਹਿਲਾਂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਦੇ ਉਤੇ ਦੇਸ਼ ਭਰ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਔਰਤਾਂ ਸ਼ੰਭੂ ਤੇ ਖਨੌਰੀ ਮੋਰਚੇ ਵਿੱਚ ਪਹੁੰਚਣੀਆਂ ਭੰਦੇਰ ਨੇ ਕਿਹਾ ਕਿ ਰਾਜਸਥਾਨ ਦੇ 12 ਜ਼ਿਲ੍ਹੇ ਦੇ ਧਰਮਾ ਧਾਕੜ ਤੇ ਉਹਨਾਂ ਦੇ 50 ਸਹਿਯੋਗੀਆਂ ਨੂੰ ਕੱਲ ਰਾਤ ਰਾਜਸਥਾਨ ਦੇ ਵਿੱਚ ਭਾਜਪਾ ਦੀ ਰਾਜਸਥਾਨ ਪੁਲਿਸ ਨੇ ਹਿਰਾਸਤ ਵਿੱਚ ਲਿਆ ਤੇ ਹਾਲੇ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਤੇ ਦੱਖਣੀ ਭਾਰਤ ਤੋਂ ਕੁਝ ਦਿਨਾਂ ਤੋਂ ਆ ਰਹੇ ਕਿਸਾਨ ਸੰਗਠਨਾ ਤਿੰਨ ਤਾਮਾ ਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਪੱਛਮੀ ਬੰਗਾਲ ਦੇ ਕਿਸਾਨਾਂ ਦਾ ਇੱਕ ਸਮੂਹ ਨਹੀਂ ਜਾ ਸਕਿਆ ਕਿਉਂਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਪੱਛਮੀ ਬੰਗਾਲ ਤੋਂ ਇੱਕ ਸਮੂਹ ਦਿੱਲੀ ਦੇ ਲਈ ਰਵਾਨਾ ਹੋ ਜਾਏਗਾ ਰਾਜਸਥਾਨ ਦੇ ਦੋਸਾ ਡੂੰਗਰਪੁਰ ਜੈਪੁਰ ਤੇ ਕੋਟਾ ਬੁੰਦੀ ਕਿਸਾਨ ਜਿੱਥੇ ਦਿੱਲੀ ਰਸਤੇ ਦੇ ਉੱਤੇ ਨੇ ਜੰਤਰ ਮੰਤਰ ਦੇ ਉੱਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤਾਂ ਜੋ ਇੱਥੇ ਕਿਸਾਨ ਇਕੱਠੇ ਨਾ ਹੋ ਸਕਣ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕਰਨਾਟਕ ਕੇਰਲ ਤਾਮਿਲਨਾਡੂ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਸਮੇਤ ਕਈ ਹੋਰ ਸੂਬਿਆਂ ਦੇ ਕਿਸਾਨ ਟਰੇਨਾਂ ਰਹੀ ਇੱਥੇ ਜੰਤਰ ਮੰਤਰ ਪਹੁੰਚਣਾ ਚਾਹੁੰਦੇ ਨੇ ਪਰ ਪੁਲਿਸ ਦੇ ਵੱਲੋਂ ਅੜਕੇ ਡਾਇਆ ਜਾ ਰਹੇ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਸਾਹਿਬ ਅਕਸਰ ਇਹ ਗੱਲ ਕਹਿੰਦੇ ਹੁੰਦੇ ਆ ਕਿ ਅਗਰ ਕਿਸਾਨો ਨੂੰ ਦਿੱਲੀ ਦੀ ਤਰਫ ਜਾਣਾ ਹੀ ਹੈ ਤਾਂ ਫਿਰ ਟਰੈਕਟਰ ਟਰਾਲੀ ਪਰ ਕਿਉਂ ਜਾ ਰਹੇ ਆ ਇਹ ਬੱਸ ਪਰ ਜਾਏ ਰੇਲ ਪਰ ਜਾਏ ਕਾਰ ਪਰ ਜਾਏ ਟਰੱਕ ਪਰ ਜਾਏ ਤੇ ਜਦੋਂ ਹੁਣ ਕਿਸਾਨਾਂ ਨੇ ਇਸ ਗੱਲ ਦਾ ਐਲਾਨ ਕਰਤਾ ਕਿ ਅਸੀਂ ਜੰਤਰ ਮੰਤਰ ਤੇ ਜਾਵਾਂਗੇ ਟਰੈਕਟਰ ਟਰਾਲੀ ਨਹੀਂ ਲੈ ਕੇ ਜਾਵਾਂਗੇ ਤੇ ਫਿਰ ਇਹਨਾਂ ਨੂੰ ਪਲੇਟਫਾਰਮਾਂ ਦੇ ਉੱਤੇ ਗ੍ਰਿਫਤਾਰ ਕਰਨ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਗਿਆ ਜੰਤਰ ਮੰਤਰ ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਮਤਲਬ ਰੌਲਾ ਟਰੈਕਟਰ ਤੇ ਟਰਾਲੀ ਰਹੀ ਜਾਣਦਾ ਨਹੀਂ ਆ ਰੌਲਾ ਇਹ ਆ ਕਿ ਅਸੀਂ ਕਿਸਾਨ ਦਿੱਲੀ ਪਹੁੰਚਣ ਹੀ ਨਹੀਂ ਦੇਣੇ ਕਿਸਾਨਾਂ ਵਾਸਤੇ ਦਿੱਲੀ ਦੂਰ ਹੀ ਰੱਖਣੀ ਆ ਗੱਲ ਇੱਥੇ ਆ ਹੁਣ ਖੱਟੜ ਸਾਹਿਬ ਉੱਤਰ ਦੇਣ ਕਾ ਵੀ ਭਾਈ ਧਾਰਾ 144 ਕਿਉਂ ਲਾਗੂ ਕੀਤੀ ਗਈ ਆ ਹੁਣ ਉੱਤਰ ਦੇਣ ਕਾ ਵੀ ਭਾਈ ਅਸੀਂ ਤਾਂ ਕਸਾਲਾਂ ਨੂੰ ਐ ਕਿਉਂ ਕਿਹਾ ਸੀ ਵੀ ਭਾਈ ਟ੍ਰੇਨ ਰਹੀਂ ਜਾਓ ਬੱਸ ਰਹੀਂ ਜਾਓ ਹੁਣ ਉਹ ਬੋਲਦੇ ਨਹੀਂ ਪਰ ਉਸ ਤੋਂ ਅਗਲੀ ਗੱਲ ਇਹ ਆ ਵੀ ਕਿਸਾਨ ਆ ਜਿਹੜੇ ਉਹ ਚਾਹੁੰਦੇ ਆ ਜਿਹੜੇ ਸਧਾਰਨ ਕਿਸਾਨ ਆ ਮਜ਼ਦੂਰ ਆ ਜਿਹੜੇ ਉਹ ਚਾਹੁੰਦੇ ਜੀ ਕਿ ਕਿਸਾਨ ਆਗੂ ਇਕ ਹੋ ਜਾਣ ਭਾਵੇਂ ਉਗਰਾਹਾਂ ਸਾਹਿਬ 100% ਦੀ ਸਹੀ ਹੋਣ ਤੇ ਭਾਵੇਂ ਡੱਲੇਵਾਲ ਸਾਹਿਬ ਤੇ ਭੰਦੇਰ ਸਾਹਿਬ ਹੋਣ ਪਰ ਇਹਨਾਂ ਦੀ ਆਪਸੀ 파ਟਕ ਦੇ ਕਰਕੇ ਵਿਚਾਰਧਾਰਕ 파ਟਕ ਦੇ ਕਰਕੇ ਜੋ ਲਹਿਰ ਦਾ ਨੁਕਸਾਨ ਹੋਇਆ ਜਾਂ ਜੋ ਲੋਕਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਹੋਇਆ ਜਾਂ ਜਿਹੜੀ ਏਕਤਾ ਦੇ ਉੱਤੇ ਸੱਟ ਵੱਜੀ ਆ ਜਾਂ ਜਿਹੜੇ ਸਮੂਹਿਕ ਯਤਨਾਂ ਦੇ ਉੱਤੇ ਸੱਟ ਵੱਜੀ ਆ ਉਹਦਾ ਕੀ ਬਣੂਗਾ ਉਹਦੇ ਸਮੇਂ ਦੇ ਵਿੱਚ ਸਵਾਲ ਇਹ ਆ ਹਾਲਾਂਕਿ ਉਹ ਗ੍ਰਾਹਕਾਂ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਐਮਐਸਪੀ ਦਾ ਮਾਮਲਾ ਇਹ ਤਿੰਨ ਖੇਤੀ ਕਾਨੂੰਨਾਂ ਤੋਂ ਵੀ ਬਹੁਤ ਵੱਡਾ ਇਹ ਇੰਨੀ ਖੇਤੀ ਬਣਨ ਵਾਲੇ ਨਹੀਂ ਆ ਇਹਦੇ ਲਈ ਸਮੂਹਕ ਤੌਰ ਤੇ ਹਮਲੇ ਮਾਰਨੇ ਪੈਣਗੇ ਪਰ ਭਾਈ ਗੱਲ ਇਹ ਆ ਵੀ ਜੇ ਉਹ ਗ੍ਰਾਹਕਾਂ ਸਾਹਿਬ ਇਕੱਲੇ ਯਤਨ ਕਰਨ ਲੱਗ ਜੰਦੇ ਤਾਂ ਉਹ ਵੀ ਗਲਤ ਆ ਤੇ ਜੇਕਰ ਇਧਰ ਯਤਨ ਹੋਇਆ ਤੇ ਉਹ ਕਹਿੰਦੇ ਅਸੀਂ 12 13 ਮੀਟਿੰਗਾਂ ਕੀਤੀਆਂ ਸੀ ਵੱਖ-ਵੱਖ ਕਿਸਾਨਾਂ ਆਂਗੂ ਨਾਲ ਨਾਲ ਨਹੀਂ ਤੁਰੇ ਇਧਰ ਗੱਲ ਕਹੀ ਜਾ ਰਹੀ ਹੈ ਕਿ ਭਾਈ ਉਹ ਸਾਨੂੰ ਬੁਲਾ ਕੇ ਨਹੀਂ ਰਾਜ਼ੀ ਤੇ ਨਾਲ ਤੋੜਨਾ ਕਿਹਨੇ ਆ ਸੋ ਗੱਲ ਇਹ ਕਿ 6 ਮੈਂਬਰੀ ਤਾਲਮੇਲ ਕਮੇਟੀ ਆਉਂਦੇ ਸਮੇਂ ਦੇ ਵਿੱਚ ਕੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਕਰ ਸਕੂ ਤੇ ਜਿਹੜਾ ਸੁਣੀਹਾ ਗਿਆ ਇਤਕੀ ਵੀ ਕਿਸਾਨ ਉਦੋਂ ਦੇ ਵਿੱਚ ਹਾਲੇ ਤੱਕ ਪਤਾ ਨਹੀਂ ਕਿਹੜਾ ਮੋੜ ਆਉਣਾ ਉਦੋਂ ਦੇਣਾਂ ਦੇ ਵਿੱਚ ਟੋਣਾ ਦੇ ਕਰਕੇ ਸ਼ਾਇਦ ਉਹ ਕੋਈ ਨਾ ਕੋਈ ਮੰਗ ਮੰਨ ਵੀ ਲੈਣ ਪਰ ਗੱਲ ਇਹ ਵੀ ਸੁਣੀਹਾ ਲਹਿਰ ਦੇ ਖਿੰਡ ਜਾਣ ਦਾ ਕਿ ਹੋ ਜਾ ਗਿਆ ਇਹਦੇ ਵੱਲ ਜ਼ਰੂਰ ਧਿਆਨ ਕਰਨੀ ਬਣਦੀ ਹੈ ਲਹਿਰਾਂ ਬਣਾਉਣੀਆਂ ਔਖੀਆਂ ਨਹੀਂ ਸੰਭਾਲਣੀਆਂ ਬਹੁਤ ਔਖੀਆਂ ਇਹ ਸੰਭਾਲ ਲੈਣੀ ਚਾਹੀਦੀ ਹੈ ਕਿਸਾਨ ਇੱਕ ਹੋ ਜਾਣ ਤੇ मामा ਦੇ ਪੁੱਤਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਅਸੀਂ ਪੰਦੇਰ ਦੇ ਬੰਦੇ ਆ ਕਿ ਅਸੀਂ ਰਾਜੇਵਾਲ ਦੇ ਬੰਦੇ ਕਿ ਅਸੀਂ ਫਲਾਣਿਆਂ ਦੇ ਬੰਦੇ ਅਸੀਂ ਕਿਹਦੇ ਬੰਦੇ ਨਹੀਂ ਆ ਉਹ ਖੇਤਾਂ ਦੇ ਬੰਦੇ ਆ ਖੇਤਾਂ ਦੇ ਪੁੱਤ ਆ ਸਧਾਰਨ ਪਰਿਵਾਰਾਂ ਦੇ ਵਿੱਚੋਂ ਆ ਉਹ ਮਜ਼ਦੂਰਾਂ ਦੇ ਪੁੱਤ ਆ ਉਹਨਾਂ ਨੂੰ ਨਹੀਂ ਪਤਾ ਵੀ ਪਾਈ ਇਹਦੇ ਨਾਲ ਤੁਰਦੇ ਤੇ ਗੋਲੀ ਤਾਂ ਵਜਦੀ ਤੇ ਇਹਦੇ ਨਾਲ ਤੁਰਦੇ ਗੋਲੀ ਤਾਂ ਵਜਦੀ ਆ ਸੋ ਜਿਹੜੇ ਕਿਸਾਨ ਦੁਨੀਆ ਤੋਂ ਤੁਰ ਗਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਹੀ ਕਿਸਾਨ ਇਕੱਠੇ ਹੋ ਜਾਣ ਪਹਿਲੀ ਗੱਲ ਤਾਂ ਇਹ ਆ ਕਿਉਂਕਿ ਉਹਨਾਂ ਦੇ ਪਰਿਵਾਰਕ ਜੀਆਂ ਨੂੰ ਜਿਹੜੇ ਤੁਰ ਗਏ ਇਸ ਗੱਲ ਦਾ ਅਫਸੋਸ ساری ਉਮਰ ਰਹੂਗਾ ਵੀ ਭਾਈ ਇਹਨਾਂ ਦੇ ਕਹਿਣ ਦੇ ਉੱਤੇ ਗਏ ਪਰ ਇਹ ਹੁਣ ਇੱਕ ਦੂਜੇ ਦੇ ਕਹਿਣੇ ਦੇ ਵਿੱਚ ਨਹੀਂ ਆ ਸੋ ਆਓ ਇਸ ਵੇਲੇ ਕਿਸਾਨ ਇਕਤਾ ਦੀ ਗੱਲ ਵੀ ਕਰੀਏ ਤੇ ਕਿਸਾਨ ਆਗੂ ਸੱਚੀ ਮੁੱਚੀ ਇਕ ਹੋ ਕੇ ਜੇਕਰ ਹੰਬੜਾ ਮਾਰਨ ਤਾਂ ਗੱਲਬਾਤ ਹੋਰੀ ਹੋਵੇ ਲੰਘੇ ਕੱਲ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਬਾਰੇ ਇੱਕ ਖਬਰ ਆਈ ਹੈ ਬਹੁਤ ਵੱਡੀ ਖਬਰ ਹੈ ਇਹ ਤਾਂ ਆਪਾਂ ਜਾਣਦੇ ਹੀ ਆ ਕਿ ਅਮਰਤਪਾਲ ਤੇ ਉਹਨਾਂ ਦੇ ਸਾਥੀ ਨੇ ਜਿਹੜੇ 9 ਹੋਰ ਉਹ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਬੰਦ ਆ ਐਨਐਸਏ ਲੱਗੀ ਹੋਈ ਆ ਫੜੋ ਫੜੀ ਦਾ ਸਿਲਸਿਲਾ ਜਿਵੇਂ ਜਿਵੇਂ ਚੱਲਦਾ ਰਿਹਾ ਉਹਦੇ ਬਾਰੇ ਆਪਾਂ ਜਾਣਦੇ ਆ ਸਮੇਂ-ਸਮੇਂ ਤੇ ਭੁੱਖ ਹੜਤਾਲ ਵੀ ਕੀਤੀ ਗਈ ਹੈ ਡਿਬਰੂਗੜ ਦੇ ਵਿੱਚ ਇਹਨਾਂ ਦੇ ਵੱਲੋਂ ਪਰ ਹੁਣ ਪਿਛਲੇ 15 ਦਿਨ ਤੋਂ ਭੁੱਖ ਹੜਤਾਲ ਚੱਲ ਰਹੀ ਹੈ ਕਾਰਨ ਇਹਦੇ ਪਿੱਛੇ ਇਹ ਹੈ ਦੋਸ਼ ਇਹਦੇ ਪਿੱਛੇ ਇਹ ਹੈ ਕਿ ਭਾਈ ਇੱਥੇ ਇਹਨਾਂ ਦੀ ਪ੍ਰਾਈਵੇਸੀ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਜਿਹੜੇ ਕੈਮਰੇ ਹਿਡਨ ਕੈਮਰੇ ਆ ਉਹ ਇਹਨਾਂ ਦੇ ਬੈਰਕ ਦੇ ਵਿੱਚ ਲਾਤੇ ਬਾਥਰੂਮਾਂ ਚ ਲਾਤੇ ਪ੍ਰਾਈਵੇਸੀ ਦੇ ਉੱਤੇ ਨਿੱਜਤਾ ਦੇ ਉੱਤੇ ਸੱਟ ਮਾਰੀ ਜਾ ਰਹੀ ਹੈ ਕਮਿਊਨੀਕੇਸ਼ਨ ਗੈਪ ਵੀ ਬਹੁਤ ਹੈ ਇਸ ਕਰਕੇ ਉੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਕੀਤਾ ਜਾ ਰਿਹਾ ਘਰੇ ਵੀ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਹੈ ਪਹਿਲਾਂ ਖਬਰਾਂ ਆਈਆਂ ਸੀ ਪਰ ਹੁਣ ਮੰਗ ਇਹ ਆ ਕਿ ਭਾਈ ਪੰਜਾਬ ਦੇ ਗੰਜੇਲਾ ਵਿੱਚ ਸ਼ਿਫਟ ਕੀਤਾ ਜਾਵੇ ਜੋ ਇਸ ਵੇਲੇ ਦੀਆਂ ਪ੍ਰਸਥਤੀਆਂ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੋ ਸਕਦਾ ਮੈਂ ਕੱਲ ਨੂੰ ਗਲਤ ਵੀ ਸਾਬਤ ਹੋਵਾਂ ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਸਰਕਾਰ ਦੇ ਵੱਲੋਂ ਇਹਨਾਂ ਮਸਲਿਆਂ ਨੂੰ ਇਗਨੋਰ ਕੀਤਾ ਗਿਆ ਉਹ ਕੋਈ ਵੀ ਸਰਕਾਰ ਹੋਵੇ ਵੀ ਇਹਨਾਂ ਨੂੰ ਸ਼ਿਫਟ ਪੰਜਾਬ ਦੇ ਵਿੱਚ ਛੇਤੀ ਕੀਤਾ ਜਾਊਗਾ ਪਰ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿੰਨੀ ਦੇਰ ਤੱਕ ਸਾਨੂੰ ਪੰਜਾਬ ਦੇ ਗੰਜੇਲਾ ਵਿੱਚ ਸ਼ਿਫਟ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਅੰਨ ਦਾ ਇੱਕ ਦਾਣਾ ਨਹੀਂ ਖਾਣਾ ਤੇ ਪਾਣੀ ਦੇ ਘੁੱਟ ਨਹੀਂ ਪੀਣੀ ਸੋ ਇਸ ਕਰਕੇ ਹਾਲਾਤ ਬੜੇ ਮਾੜੇ ਹੋ ਗਏ ਆ ਹਾਲਤ ਬੜੀ ਪਤਲੀ ਹੋ ਗਈ ਆ ਅਮਰਤਪਾਲ ਸਿੰਘ ਤੇ ਉਹਨਾਂ ਦੇ ਬਾਕੀ ਆੜੀਆਂ ਦੀ ਬਾਕੀ ਸਾਥੀਆਂ ਦੀ ਸਥਿਤੀ ਬੜੀ ਪਤਲੀ ਹੋ ਗਈ ਆ ਉਹਨਾਂ ਦੇ ਵਿੱਚੋਂ ਦੋ ਜਣੇ ਤਾਂ ਹਸਪਤਾਲ ਦੇ ਵਿੱਚ ਭਰਤੀ ਕਰਵਾਉਣੇ ਪਏ ਆ ਪਿਛਲੇ ਦਿਨੀ ਖਬਰ ਆਈ ਸੀ ਵੀ ਇੱਕ ਦੀਆਂ ਕੱਡਨੀਆਂ ਦੇ ਵਿੱਚ ਪਾਣੀ ਭਰ ਗਿਆ ਹੁਣ ਖਬਰ ਆਈ ਆ ਇੱਕ ਨੂੰ ਮਿਰਗੀ ਦੇ ਦੌਰੇ ਪੈਣ ਲੱਗ ਪਏ ਆ ਸੋ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ ਵਕਤ ਦੱਸੂਗਾ ਪਰ ਮੈਂ ਕਦੇ-ਕਦੇ ਇਸ ਗੱਲ ਤੇ ਹੈਰਾਨ ਜ਼ਰੂਰ ਹੁਣਾ ਪੰਜਾਬ ਦੇ ਵਿੱਚ ਤੇ ਸਮੁੱਚੇ ਦੇਸ਼ ਦੇ ਵਿੱਚ ਕੋਈ ਵੀ ਖਬਰ ਇੱਕਦਮ ਜਵਾਨ ਹੁੰਦੀ ਤੇ ਬਾਅਦ ਦੇ ਵਿੱਚ ਖਬਰ ਮਰ ਜਾਂਦੀ ਆ ਜਿਵੇਂ ਕਿ ਅਮਰਤਪਾਲ ਵਾਲੀ ਖਬਰ ਵੀ ਮਰ ਗਈ ਆ ਪੰਜਾਬ ਦੇ ਵਿੱਚ ਕਈ ਹਫ਼ਤੇ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਏ ਤੇ ਚੈਨਲਾਂ ਦੇ ਉੱਤੇ ਇਕੱਲਾ ਅਮਰਤਪਾਲ ਹੀ ਸੀ ਅਮਰਤਪਾਲ ਅਮਰਤਪਾਲ ਬਸ ਇਹ ਗੱਲਾਂ ਚੱਲਦੀਆਂ ਸੀ ਅੱਜ ਕੋਈ ਖਬਰ ਕਿਤੇ ਨਹੀਂ ਅਮਰਤਪਾਲ ਕਿਵੇਂ ਹੈ ਕਿਉਂਕਿ ਅੱਜ ਇਹ ਚੱਲ ਰਿਹਾ ਜੀ ਕਿ ਫਲਾਣੀ ਥਾਂ ਦੇ ਤੇ ਚੋਣ ਕਿਹਨੇ ਲੜਦੀਆਂ ਕੌਣ ਕਿਹਨੂੰ ਹਰਾ ਦਊਗਾ ਕਿਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਸੋ ਮਤਲਬ ਇਹ ਵੀ ਸਾਡੇ ਇੰਟਰਸਟ ਸਾਡੇ ਸਵਾਦ ਆ ਜਿਹੜੇ ਬਦਲ ਗਏ ਆ ਉਦੋਂ ਸਾਡਾ ਸਵਾਦ ਉਹ ਸੀ ਕਿਸੇ ਵੇਲੇ ਸਾਡਾ ਸਵਾਦ ਖਬਰ ਦਾ ਕੋਈ ਹੁੰਦਾ ਕਿਸੇ ਵੇਲੇ ਕੋਈ ਹੁੰਦਾ ਫਿਰ ਵਿਰਲੇ ਟਾਵੇਂ ਲੋਕ ਰਹਿ ਜਾਂਦੇ ਜਿਨ੍ਹਾਂ ਨੂੰ ਇਸ ਗੱਲ ਦਾ ਚੇਤਾ ਹੁੰਦਾ ਕਿ ਹਾਂ ਯਾਰ ਇੱਕ ਆ ਵੀ ਹੁੰਦਾ ਸੀ ਮਸਲਾ ਇੱਕ ਆ ਵੀ ਹੁੰਦਾ ਸੀ ਅੱਜ ਕੱਲ ਜਿੰਨੀਆਂ ਵੀ ਘਟਨਾਵਾਂ ਲੰਗੇ ਵੇਲੇ ਦੇ ਵਿੱਚ ਵਾਪਰੀਆਂ ਉਹ ਭਾਵੇਂ ਬਾਈਬਲ ਕਲਾ ਗੋਲੀकांड ਦੀ ਗੱਲ ਆ ਬਰਗਾੜੀ ਬੇਅਦਬੀ ਦਾ ਮਾਮਲਾ ਕੋਟਕਪੂਰਾ ਕਾਂਡ ਦਾ ਮਾਮਲਾ ਸਰਬੱਤ ਖਾਲਸੇ ਦਾ ਮਾਮਲਾ ਹੋਰ ਜਿੰਨੇ ਵੀ ਮਾਮਲੇ ਆਏ ਆ ਕਿੰਨੇ ਕ ਲੋਕਾਂ ਨੂੰ ਚਿਤਤੇ ਆ ਵਿਰਲੇ ਟਾਵੇਂ ਲੋਕਾਂ ਨੂੰ ਯਾਦ ਕਦੇ ਕਦੇ ਆਉਂਦੀ ਆ ਤੇ ਮੀਡੀਆ ਦੇ ਵਿੱਚ ਨਿੱਕੀ ਜੀ ਖਬਰ ਬਣਦੀ ਆ ਪਰ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਜਿਨ੍ਹਾਂ ਨੂੰ ਕਦੇ ਉਹ ਮਾਮਲਾ ਸਭ ਤੋਂ ਵੱਡਾ ਲੱਗਾ ਹੁੰਦਾ ਉਹਨਾਂ ਦੇ ਚਿਤ ਚਿਤੇ ਵੀ ਨਹੀਂ ਹੁੰਦਾ ਕਿਉਂਕਿ ਉਹ ਹੋਰ ਮਾਮਲਿਆਂ ਦੇ ਵਿੱਚ ਬਿਜ਼ੀ ਹੋ ਗਏ ਆ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਕਰਾਂਗੇ ਟਿੱਪਣੀ ਡਿਬਰੂਗੜ ਜੇਲ੍ਹ ਦੇ ਵਿੱਚ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਬੰਦ ਅਮਰਤਪਾਲ ਸਿੰਘ ਤੇ ਉਸ ਦੇ ਬਾਕੀ 9 ਸਾਥੀ ਪਿਛਲੇ 2 ਹਫ਼ਤਿਆਂ ਤੋਂ ਪੁਖੜਤਾਲ ਦੇ ਉੱਤੇ ਨੇ ਜੇਲ੍ਹ ਦੇ ਵਿੱਚ ਖਾਣਾ ਪਾਣੀ ਛੱਡਣ ਦੇ ਕਰਕੇ ਉਨਾਰੇ ਦੋ ਸਾਥੀਆਂ ਦੀ ਸਿਹਤ ਵਿਗੜ ਗਈ ਹੈ ਜਿਨ੍ਹਾਂ ਨੂੰ ਹੁਣ ਅਸਾਮ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਮਰਤਪਾਲ ਸਿੰਘ ਤੇ ਉਸਦੇ ਸਾਥੀ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਸ਼ਿਫਟ ਕਰਨ ਦੀ ਮੰਗ ਕਰ ਰਹੇ ਨੇ ਤੇ ਇੱਥੇ ਵੀ ਰਸਲਾ ਬਣਦਾ ਹੈ ਕਿ ਵਾਰਿਸ ਪੰਜਾਬ ਦੇ ਦੇ ਲੀਗਲ ਐਡਵਾਈਜ਼ਰ ਈਮਾਨ ਸਿੰਘ ਖਹਿਰਾ ਨੇ ਇਹ ਦੱਸਿਆ ਕਿ ਅਮਰਤਪਾਲ ਸਿੰਘ ਤੇ ਉਹਨਾਂ ਦੇ ਨੌ ਸਾਥੀ ਨੇ ਜਿਹੜੇ ਉਹ ਇਸ ਵੇਲੇ ਸੰਘਰਸ਼ ਕਰ ਰਹੇ ਨੇ ਅਮਰਤਪਾਲ ਦੇ ਦੋ ਸਾਥੀ ਗੁਰਮੀਤ ਸਿੰਘ ਤੇ ਕੁਲਵੰਤ ਸਿੰਘ ਰਾਉਕੇ ਦੀ ਸਿਹਤ ਵਿਗੜੀ ਹੈ ਤਬੀਅਤ ਖਰਾਬ ਹੋਣ ਦੇ ਕਰਕੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਦਾਖਲ ਕਰਵਾਇਆ ਗਿਆ ਤੇ ਕੁਲਵੰਤ ਰਾਉਕੇ ਨੂੰ ਤਾਂ ਮਿਰਗੀ ਦੇ ਦੌਰੇ ਪੈ ਰਹੇ ਨੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਅਮਰਤਪਾਲ ਤੇ ਉਸ ਦੇ ਸਾਰੇ ਸਾਥੀ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕਰਨ ਦੀ ਮੰਗ ਕਰ ਰਹੇ ਨੇ ਤੇ ਪਰ ਇਸ ਵੇਲੇ ਸਰਕਾਰ ਦੇ ਵੱਲੋਂ ਗੌਰ ਕੋਈ ਨਹੀਂ ਕੀਤੀ ਜਾ ਰਹੀ ਈਮਾਨ ਖੈਰਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਮਦਦ ਮੰਗੀ ਹੈ ਕਿ ਇਸ ਮੁੱਦੇ ਦੇ ਉੱਤੇ ਪੰਜਾਬ ਦੀ ਸਰਕਾਰ ਨਾਲ ਗੱਲ ਹੋਵੇ ਅਮਰਤਪਾਲ ਤੇ ਉਸ ਦੇ ਸਾਥੀਆਂ ਨਾਲ ਹੋ ਰਹੀ ਬੇਇਨਸਾਫੀ ਦੇ ਖਿਲਾਫ ਆਵਾਜ਼ ਚੁਕਣੀ ਚਾਹੀਦੀ ਹੈ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਬੈਰਕ ਤੇ ਪਖਾਨਿਆਂ ਦੇ ਵਿੱਚ ਕੈਮਰੇ ਲਵਾਏ ਗਏ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਨੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਸ ਗੱਲ ਦੀ ਹਾਲ ਦੀ ਘੜੀ ਆਸ ਲੱਗਦੀ ਨਹੀਂ ਹਾਲ ਦੀ ਘੜੀ ਹੈ ਕਿ ਭਾਈ ਪੰਜਾਬ ਦੇ ਗਾਂ ਜ਼ਿਲਾਂ ਦੇ ਵਿੱਚ ਸ਼ਿਫਟ ਕਰ ਦਿੱਤੇ ਜਾਣਗੇ ਅਮਰthਪਾਲ ਤੇ ਬਾਕੀ ਸਾਥੀ ਪਰ ਬਾਕੀ ਸਰਕਾਰਾਂ ਦਾ ਅਦਾਲਤਾਂ ਦਾ ਇਹ ਨਿੱਜੀ ਫੈਸਲਾ ਆਉਂਦੇ ਸਮੇਂ ਦੇ ਵਿੱਚ ਕੀ ਖਬਰ ਆਉਂਦੀ ਆ ਪਰ ਪ੍ਰਤੀਤ ਇਹ ਹੁੰਦਾ ਕਿ ਸਰਕਾਰ ਇਨੀ ਛੇਤੀ ਮੰਨਣ ਵਾਲਿਆਂ ਦੇ ਵਿੱਚੋਂ ਨਹੀਂ ਇਨੀ ਛੇਤੀ ਨਹੀਂ ਮੰਨੂਗੀ ਦੂਜੀ ਗੱਲ ਇਹ ਆ ਕਿ ਅਮਰਤਪਾਲ ਤੇ ਜਿਹੜੇ ਉਹਨਾਂ ਦੇ ਬਾਕੀ ਸਾਥੀ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਸੰਘਰਸ਼ ਸ਼ੁਰੂ ਕੀਤਾ ਗਿਆ ਪਿਛਲੇ ਦਿਨੀ ਇਹ ਸੰਘਰਸ਼ਕਾਰੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਹੈ ਇਹਨਾਂ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੀ ਮਿਲ ਕੇ ਆਏ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਤੁਸੀਂ ਭੁੱਖ ਹੜਤਾਲ ਛੱਡ ਦਿਓ ਸਰੀਰ ਜਿਉਂਦਾ ਰਹੂਗਾ ਤਾਂ ਲੜਾਈ ਲੜੀ ਜਾਊਗੀ ਨਹੀਂ ਤਾਂ ਕੰਮ ਔਖਾ ਪਰ ਉਹਨਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਗੱਲ ਕਹੀ ਗਈ ਹੈ ਕਿ ਜਿੰਨੀ ਦੇਰ ਤੱਕ ਸਾਡੇ ਟੱਬਰ ਦੇ ਨੌਜਵਾਨ ਸਾਡੇ ਟੱਬਰ ਦੇ ਮੈਂਬਰ ਪੰਜਾਬ ਦੇ ਕਾਂ ਜੇਲਾ ਚ ਸ਼ਿਫਟ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਵੀ ਅੰਨ ਦਾ ਦਾਣਾ ਨਹੀਂ ਖਾਣਾ ਸੋ ਇਸ ਵੇਲੇ ਹਾਲਾਤ ਆ ਜਿਹੜੇ ਜਿਵੇਂ ਕਿ ਰਿਪੋਰਟਾਂ ਆਈਆਂ ਅਮਰਤਪਾਲ ਤੇ ਬਾਕੀ ਸਾਥੀਆਂ ਦੇ ਚਿੰਤਾਜਨਕ ਆ ਇਹ ਚਿੰਤਾਜਨਕ ਸਥਿਤੀ ਕਦੋਂ ਖਤਮ ਹੋਗੀ ਵਕਤ ਦੱਸੂਗਾ ਡਿਬਰੂਗੜ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕੁਝ ਵੀ ਹਾਲੇ ਤੱਕ ਸਪਸ਼ਟ ਕਰਨ ਨਹੀਂ ਦਿੱਤਾ ਗਿਆ ਡਾਕਟਰਾਂ ਦੇ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਹਾਂ ਲੀਗਲ ਐਡਵਾਈਜ਼ਰ ਦੇਵ ਲੋ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹਾਲਤ ਇਸ ਵੇਲੇ ਚਿੰਤਾਜਨਕ ਬਣੀ ਹੋਈ ਹੈ। ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਕਰਕੇ ਵੱਖਰਾ ਜਿਹਾ ਰੰਗ ਲੋਕਾਂ ਨੂੰ ਚੜਦਾ ਜਾ ਰਿਹਾ। ਜਿੱਥੇ ਚਾਰ ਬੰਦੇ ਬੈਠਦੇ ਗੱਲ ਕਰਦੇ ਵੀ ਅਕਾਲੀ ਦਲ ਦਾ ਕੀ ਬਣੂ? ਕੋਈ ਕਹਿੰਦਾ ਯਾਰ ਇਹ ਦੱਸ ਵੀ ਭਾਜਪਾ ਦਾ ਕੀ ਬਣੂ? ਕਿਤੇ ਬੰਦਾ ਫਿਕਰਦਾ ਹਰ ਕਰਦਾ ਵੀ ਯਾਰ ਕਾਂਗਰਸ ਦਾ ਕੁਝ ਬਣੂ। ਕਿਤੇ ਬੰਦਾ ਕਹਿੰਦਾ ਜੀ ਆਮ ਆदमी ਪਾਰਟੀ ਕੀ ਕਰ ਸਕਦੀ ਹੈ? ਕਿਸੇ ਕਿਸੇ ਨੂੰ ਫਿਕਰ बसपा ਦਾ ਵੀ ਆ। ਕਿਸੇ ਨੂੰ ਫਿਕਰ ਸ਼ਾਇਦ ਸੀਪੀਆਈ ਦਾ ਵੀ ਹੋਵੇ ਜਾਂ ਹੋਰ ਵੱਖ-ਵੱਖ ਤੇ ਰਾ ਦਾ ਵੀ ਹੋ ਸਕਦਾ। ਪਰ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਜਿਹੜੇ ਵੀ ਬੰਦੇ ਬਹਿਸਦੇ ਆ 20 ਮਿੰਟ ਅੱਧਾ ਘੰਟਾ 2 ਘੰਟੇ ਜਿੰਨਾ ਵੀ ਸਮਾਂ ਜਿਹਦੇ ਕੋਲ ਹੈਗਾ ਉਹਨਾਂ ਨੂੰ ਆਪਦਾ ਕੋਈ ਫਿਕਰ ਨਹੀਂ ਕਿ ਆ ਵੀ ਸਾਡਾ ਕੀ ਬਣੂ ਉਹਨਾਂ ਨੂੰ ਫਿਕਰ ਇਹ ਜੀ ਆ ਉਹਦਾ ਕੀ ਬਣੂ ਇਹਦਾ ਕੀ ਬਣੂ ਆਦਾ ਕੀ ਹੋ ਸਕਦਾ ਇਹਦਾ ਕੀ ਹੋ ਸਕਦਾ ਤੁਸੀਂ ਕਦੇ ਨਹੀਂ ਸੋਚਿਆ ਕਿ ਤੁਹਾਡਾ ਕੀ ਬਣੂ ਤੁਹਾਡਾ ਕੀ ਬਣ ਗਿਆ ਤੁਹਾਡਾ ਕੀ ਬਣ ਸਕਦਾ ਹੈ ਜਿਸ ਦਿਨ ਅਸੀਂ ਰਾਜਨੀਤਿਕ ਲੋਕਾਂ ਦੇ ਵਿੱਚ ਇੰਨੀ ਡੂੰਘੀ ਦਿਲਚਸਪੀ ਲੈਣ ਦੀ ਥਾਂ ਤੇ ਆਪਣੇ ਪਿੰਡ ਆਪਣੇ ਗਵਾਂਢ ਆਪਣੇ ਪਰਿਵਾਰ ਆਪਣੇ ਸੂਬੇ ਦੇ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ ਵੀ ਭਾਈ ਆ ਬੰਦੇ ਗਲਤ ਹਨ ਤੇ ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਭਾਈ ਅਸੀਂ ਕਿੱਥੇ ਜੇ ਖੜੇ ਸਾਂ ਪਰ ਇੱਕ ਗੱਲ ਹੋਰ ਆ ਵੀ ਭਾਈ ਸਾਨੂੰ ਸਵਾਦ ਲੈਣ ਦੀ ਆਰਤ ਆ ਜਦੋਂ ਨਾ ਇੱਕ ਬੰਦਾ ਦੂਜੇ ਨੂੰ ਕੁਰੇਦਦਾ ਵੀ ਭਾਈ ਤੇਰੇ ਖਿਆਲ ਦੇ ਵਿੱਚ ਕੌਣ ਜਿੱਤੂ ਬੰਦਾ ਕਹਿੰਦਾ ਯਾਰ ਫਲਾਣਾ ਜਿੱਤੂ ਮੇਰੇ ਖਿਆਲ ਚ ਉਹ ਦੂਜੇ ਪਾਸੇ ਦਾ ਹੁੰਦਾ ਸੁਣਨਾ ਇਹ ਚਾਹੁੰਦਾ ਹੁੰਦਾ ਜੀ ਕਿ ਯਾਰ ਜੋ ਮੈਂ ਗੱਲ ਸੋਚਦਾ ਉਹੀ ਇਹ ਕਵੇ ਫਿਰ ਉਹ ਲੜਦਾ ਵੀ ਨਹੀਂ ਯਾਰ ਐ ਥੋੜੀ ਹੁੰਦਾ ਤੈਨੂੰ ਕੀ ਪਤਾ ਐਤ ਕੀਦਾ ਸਾਡੇ ਵਾਲੀ ਆ ਜਤੂ ਫਿਰ ਉਹ ਮਨਵਾਉਣ ਦੀ ਕੋਸ਼ਿਸ਼ ਕਰਦਾ ਇਸ ਗੱਲ ਨੂੰ ਅਸੀਂ ਹੌਮੇ ਨੂੰ ਪੱਠੀ ਪਾਈ ਜੰਨੇ ਆ ਜਦ ਕਿ ਪੰਜਾਬ ਦੀ ਸਥਿਤੀ ਕੀ ਆ ਤੇ ਰਾਜਨੀਤਿਕ ਲੋਕ ਕਿੱਥੋਂ ਕਿੱਥੇ ਪਹੁੰਚ ਗਏ ਇਹਦੇ ਬਾਰੇ ਆਪਾਂ ਜਾਣਦੇ ਆ ਉਹ ਹਾਰ ਕੇ ਵੀ ਅੱਗੇ ਵੱਧ ਗਏ ਅਸੀਂ ਜਿਤਾ ਕੇ ਵੀ ਪਿੱਛੇ ਰਹਿ ਗਏ ਕਦੇ ਪੰਜਾਬਗਾਂ ਨੇ ਇਸ ਗੱਲ ਵੱਲ ਗੌਰ ਨਹੀਂ ਕੀਤੀ ਕਿਉਂਕਿ ਅਸੀਂ ਤਮਾਸ਼ਾ ਪੱਟੇ ਦੇ ਲੋਕ ਆ ਇੱਧਰ ਤਮਾਸ਼ਾ ਹੋ ਗਿਆ ਉੱਧਰ ਤਮਾਸ਼ਾ ਹੋ ਗਿਆ ਇੱਧਰ ਖੜ ਗਏ ਉੱਧਰ ਖੜ ਗਏ ਇਹਨੂੰ رائے ਦਿੱਤੀ ਇਹਨੂੰ ਗਾਲ ਕੱਢਤੀ ਆਪਾਂ ਇਸ ਗੱਲ 'ਚ ਬਿਜ਼ੀ ਰਹਿੰਨੇ ਆ ਪਰ ਹੁਣ ਜਦੋਂ ਪੰਜਾਬ ਦੇ ਵਿੱਚ ਚੋਣਾਂ ਦੇਸ਼ ਦੇ ਵਿੱਚ ਚੋਣਾਂ ਕਹਿਣ ਦਾ ਭਾਵ ਨੇੜੇ-ਨੇੜੇ ਆ ਰਹੀਆਂ ਤਾਂ ਪੰਜਾਬ ਦੇ ਵਿੱਚ ਵੀ ਸਰਗਰਮੀਆਂ ਵਧੀਆਂ ਹੁਣ ਇਸ ਵੇਲੇ ਆਪੋ-ਆਪਣੇ ਹਲਕੇ ਦਾ ਫਿਕਰ ਸਾਰਿਆਂ ਨੂੰ ਜਾਗ ਰਿਆ ਇੱਕ-ਇੱਕ ਹਲਕੇ ਤੋਂ ਕਈ ਕੀ ਦਾਵੇਦਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਹੋ ਰਹੇ ਆ ਪਰ ਕਮਾਲ ਹੋਊਗੀ ਇਸ ਕੀ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਬਠਿੰਡੇ 'ਚ ਵੀ ਅਮਰਸਰ ਦੇ ਵਿੱਚ ਵੀ ਜਲੰਧਰ ਦੇ ਵਿੱਚ ਵੀ ਪਟਿਆਲੇ ਦੇ ਵਿੱਚ ਵੀ ਸੰਨਰੂਰ ਦੇ ਵਿੱਚ ਵੀ ਕਹਿਣ ਦਾ ਭਾਵ ਹੋਣੀ ਤਾਂ ਸਾਰੇ ਪਾਸੇ ਕਮਾਲ ਆ ਪਰ ਬਠਿੰਡਾ ਅਮਰਸਰ ਸੰਗਰੂਰ ਇਹ ਸੀਟਾਂ ਹੌਟ ਸੀਟਾਂ ਬਣ ਜਾਣਗੀਆਂ ਪੰਜਾਬ ਦੀਆਂ ਕਿਉਂਕਿ ਸੰਗਰੂਰ ਦੀ ਸੀਟ ਦੇ ਉੱਤੇ ਕਹਿੰਦੇ ਵੀ ਮੀਤ ਹੇਅਰ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਆ ਉਹਨਾਂ ਨੂੰ ਸ਼ਾਇਦ ਖੜੇ ਕੀਤਾ ਜਾਵੇ ਸ਼ਾਇਦ ਇਸ ਤੋਂ ਪਹਿਲਾਂ ਅੰਦਾਜ਼ੇ ਸੀ ਵੀ ਸ਼ਾਇਦ ਕਰਮਜੀਤ ਅਨਮੋਲ ਹੋਰ ਨੂੰ ਟਿਕਟ ਮਿਲਣੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਕਿਉਂਕਿ ਭਗਵੰਤ ਮਾਨ ਸਾਹਿਬ ਦੇ ਬਹੁਤ ਨੇੜਲੇਆਂ ਦੇ ਵਿੱਚੋਂ ਇੱਕ ਅਕਾਦਮੀਅਨ ਦੇ ਤੌਰ ਦੇ ਉੱਤੇ ਬੜੇ ਪੱਕੇ ਸਾਥੀ ਗੂੜੇ ਸਾਥੀ ਸ਼ੁਰੂ ਤੋਂ ਪਰ ਹੁਣ ਪਤਾ ਲੱਗਾ ਜੀ ਕਿ ਮੀਤ ਹੇਅਰ ਦੀ ਟਿਕਟ ਲਗਭਗ ਫਾਈਨਲ ਮੰਨੀ ਜਾ ਰਹੀ ਹੈ ਉਧਰ ਕਹਿੰਦੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੰਯੁਕਤ ਅਕਾਲੀ ਦਲ ਦਾ ਰਲਵਾ ਹੋਇਆ ਉਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਦੇ ਉਮੀਦਵਾਰ ਸੰਗਰੂਰ ਤੋਂ ਹੋ ਸਕਦੇ ਆ ਅਕਾਲੀ ਦਲ ਦਾ ਭਾਜਪਾ ਦੇ ਨਾਲ ਕਹਿੰਦੇ ਗੱਟ ਜੋੜ ਵੀ ਹੋ ਜਾਣਾ ਜੇ ਇਹ ਹੋ ਜਾਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਹੋਣਗੇ ਪਰਮਿੰਦਰ ਸਿੰਘ ਢੀਂਡਸਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਮੀਤ ਹੇਰ ਤੇ ਜਦੋਂ ਦੋਵਾਂ ਦਾ ਮੁਕਾਬਲਾ ਹੋਇਆ ਹਲੇ ਇਰ ਵਿੱਚ ਕਾਂਗਰਸ ਦੀ ਐਂਟਰੀ ਹੋਣੀ ਬਾਕੀ ਆ ਬਾਕੀ ਵਖ ਵਖ ਪਾਰਟੀਆਂ ਦਾ ਦਾਖਲਾ ਹੋਣਾ ਬਾਕੀ ਆ ਪਰ ਜੇਕਰ ਇੱਥੇ ਪਰਮਿੰਦਰ ਸਿੰਘ ਢੀਂਡਸਾ ਤੇ ਮੀਤ ਹੇਰ ਚੌਣ ਲੜਦੇ ਐ ਇੱਕ ਦੂਜੇ ਦੇ ਖਿਲਾਫ ਤਾਂ ਇਹ ਸੰਡੂ ਸੰਡੂ ਦਾ ਮੁਕਾਬਲਾ ਹੋ ਜਾਣਾ ਕਹਿੰਦੇ ਆ ਉਹ ਕਿਵੇਂ ਕਿਉਂਕਿ ਮੀਤ ਹੇਰ ਸਾਹਿਬ ਦੀ ਧਰਮ ਪਤਨੀ ਤੇ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਦੀ ਧਰਮ ਪਤਨੀ ਰਿਸ਼ਤੇ ਦੇ ਵਿੱਚ ਕਹਿੰਦੇ ਭੈਣਾ ਲੱਗਦੀਆਂ ਨਹੀਂ ਮਤਲਬ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੰਡੂ ਸੰਡੂ ਦਾ ਮੁਕਾਬਲਾ ਹੋਣਾ ਦੋਵੇਂ ਸੰਡੂ ਵੱਖ-ਵੱਖ ਪਾਰਟੀਆਂ ਦੇ ਵਿੱਚ ਭੜਨੇ ਇਹ ਕੋਈ ਨਵੀਂ ਗੱਲ ਨਹੀਂ ਇਹ ਅਸੀਂ ਕੈਪਟਨ ਸਾਹਿਬ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਮਤਲਕ ਦੇਖਦੇ ਆ ਪੜਦੇ ਸੁਣਦੇ ਆਏ ਆ ਸੋ ਮਤਲਬ ਇਹ ਹੈ ਜੀ ਕਿ ਆਉਂਦੇ ਸਮੇਂ ਦੇ ਵਿੱਚ ਦਿਲਚ ਬਠਿੰਡੇ ਦੇ ਵਿੱਚ ਜੇਕਰ ਆਮ ਆदमी ਪਾਰਟੀ ਦੇ ਵੱਲੋਂ ਖੁੜੀਆਂ ਸਾਹਿਬ ਨੂੰ ਖੜਾ ਕੀਤਾ ਜਾਂਦਾ ਤੇ ਜੇਕਰ ਉਥੋਂ ਭਾਜਪਾ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਸਾਂਝੇ ਤੌਰ ਤੇ ਹਬੀਬੀ ਹਰਸਬਰਤ ਕੌਰ ਬਾਦਲ ਖੜੇ ਕੀਤੇ ਜਾਂਦੇ ਆ ਉਧਰ ਕਾਂਗਰਸ ਦੇ ਵੱਲੋਂ ਜੇਕਰ ਜੇਕਰ ਖੜੇ ਕੀਤੇ ਜਾਂਦੇ ਆ ਅਮਰਤਾ ਵੜਿੰਗ ਜਾਂ ਕੋਈ ਵੀ ਹੋਰ ਤੇ ਮੁਕਾਬਲਾ ਇੱਥੇ ਵੀ ਬੜਾ ਜ਼ਬਰਦਸਤ ਬਣ ਜਾਣਾ ਸੋ ਪੰਜਾਬ ਦੇ ਵਿੱਚ ਮੁਕਾਬਲਿਆਂ ਦੇ ਵਿੱਚ ਇਸ ਵੇਲੇ ਲੋਕਾਂ ਦੀ ਦਿਲਚਸਪੀ ਵਧ ਰਹੀ ਆ ਪਰ ਇਹਨਾਂ ਦਿਲਚਸਪੀਆਂ ਦੇ ਨਾਲ ਸਾਡਾ ਦਿਨ ਤਾਂ ਨਿਕਲ ਜਾਊਗਾ ਸੋਸ਼ਲ ਮੀਡੀਆ ਦੇ ਉਤਤਨ ਨੂੰ ਸਵਾਦ ਆਊਗਾ ਪਰ ਸਵਾਦ ਅਸਲ ਉਦੋਂ ਆਊਗਾ ਜਦੋਂ ਕੀਤੇ ਗਏ ਕੰਮ ਬੋਲਣਗੇ ਜਿਹੜੇ ਕਿ ਬੋਲ ਨਹੀਂ ਰਹੇ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਚੋਣ ਮਨੋਰਥ ਪੱਤਰ ਨੇ ਜਿਹੜੇ ਇਹ ਲੀਗਲ ਡਾਕੂਮੈਂਟ ਬਣਨੇ ਚਾਹੀਦੇ ਜਿਨ੍ਹਾਂ ਦੇ ਉੱਤੇ ਚੈਲੰਜ ਕੀਤਾ ਜਾ ਸਕੇ ਬਿਲਕੁਲ ਮੈਂ ਸਹਿਮਤ ਹਾਂ ਬਹੁਤ ਸੋਹਣੀ ਗੱਲ ਕਹੀ ਆ ਪਰ ਇਹਦੇ ਵਿੱਚ ਇੱਕ ਗੱਲ ਹੋਰ ਵੀ ਜੋੜਨੀ ਚਾਹੀਦੀ ਆ ਕਿ ਲੀਗਲ ਡਾਕੂਮੈਂਟ ਬਣ ਤੇ ਇਹਦੇ ਵਿੱਚ ਇਹ ਵੀ ਗੱਲ ਦੱਸੀ ਜਾਵੇ ਕਿ ਜਿਹੜਾ ਅਸੀਂ ਵਾਅਦਾ ਜਿਹੜੀ ਅਸੀਂ ਗਾਰੰਟੀ ਕਰ ਰਹੇ ਆ ਇਹ ਕਿੰਨੇ ਸਮੇਂ ਦੇ ਵਿੱਚ ਪੂਰੀ ਕਰ ਦੇਵਾਂਗੇ ਮੰਨ ਲਓ ਕਿਸੇ ਪਾਰਟੀ ਦੀ ਸਰਕਾਰ ਬਣ ਗਈ 5 ਸਾਲ ਦੇ ਲਈ ਉਹ ਸਾਢੇ 4 ਸਾਲ ਤੱਕ ਕੁਝ ਕਰਦਾ ਹੀ ਨਹੀਂ ਜਿਹੜਾ ਵਿੱਚ ਮੈਨੀਫੈਸਟੋ ਦੇ ਵਾਅਦਾ ਲਿਖਿਆ ਸਾਢੇ 4 ਸਾਲ ਬਾਅਦ ਪੂਰਾ ਕਰਨ ਦੀ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਆਖਰੀ 6 ਮਹੀਨੇ ਲੋਕਾਂ ਨੂੰ ਚੇਤੇ ਰੰਡੇ ਸਾਢੇ 4 ਸਾਲ ਨੂੰ ਕੌਣ ਪੁੱਛਦਾ ਇਹ ਵੀ ਵਿੱਚ ਦਰਜ ਹੋਵੇ ਕਿ ਜੇ ਕੱਚਾ ਨੂੰ ਪੱਕੇ ਕਰਨਾ ਤਾਂ ਪਹਿਲੇ 6 ਮਹੀਨਿਆਂ 'ਚ ਕਰਾਂਗੇ ਜਾਂ 2 ਸਾਲਾਂ 'ਚ ਕਰਾਂਗੇ ਜੇ ਤੁਹਾਡੇ ਇਲਾਕੇ ਦਾ ਪੁਲ ਬਣਾਉਣਾ ਇਹ ਜੇ ਜਿੱਤ ਗਏ ਤਾਂ 6 ਮਹੀਨਿਆਂ ਦੇ ਵਿੱਚ ਸ਼ੁਰੂ ਕਰਾਂਗੇ 3 ਮਹੀਨਿਆਂ 'ਚ ਕਰਾਂਗੇ ਜਾਂ ਸਾਲ ਬਾਅਦ ਕਰਾਂਗੇ ਜਿਹੜੀਆਂ ਤੁਹਾਡੇ ਹਲਕੇ ਦੀਆਂ ਸੜਕਾਂ ਖਰਾਬ ਆ ਇਹ ਅਸੀਂ ਕਿੰਨੇ ਸਮੇਂ ਦੇ ਵਿੱਚ ਪੂਰੀਆਂ ਕਰਾਂਗੇ ਕਦੋਂ ਸ਼ੁਰੂਆਤ ਕਰਕੇ ਕਦੋਂ ਕੰਮ ਕਮਲ ਹੋਊਗਾ ਕਿਉਂਕਿ ਲੋਕ ਤਾਂ ਲੁੱਟੇ ਜਾਂਦੇ ਆ ਬਾਅਦ ਚ ਕਹਿੰਦੇ ਚੋਣ ਜ਼ਾਬਤਾ ਲੱਗ ਗਿਆ ਫਿਰ ਕਹਿੰਦੇ ਇੱਕ ਵਾਰੀ ਮੌਕਾ ਮਿਲ ਗਿਆ ਹੁਣ ਕਮਾਲ ਕਰ ਦੇਾਂਗੇ ਇਹ ਡਰਾਮੇਬਾਦੀ ਤਾਂ ਬੰਦ ਹੋਊਗੀ ਜੇਕਰ ਲੀਗਲ ਡਾਕੂਮੈਂਟ ਦੇ ਵਿੱਚ ਟਾਈਮ ਦੀ ਸਮੇਂ ਦੀ ਗੱਲ ਵੀ ਦਰਜ ਕੀਤੀ ਜਾਊਗੀ ਜਾਣਕਾਰੀਆਂ ਕੁਝ ਹੋਰ ਵੀ ਸਨ ਪਰ ਜੋ ਬਖਤਰੀ ਕਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ